ਕੰਟੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਬਟਾਲਾ ITI ਗਰਾਊਂਡ ਦੇ ਵਿੱਚ 100 ਫੁੱਟ ਉੱਚਾ ਰਾਵਣ ਦਾ ਪੁਤਲਾ ਲਗਾਇਆ ਗਿਆ ਤੇ ਰਿਮੋਟ ਨਾਲ ਅਗਨ ਪੇਂਟ ਹੋਏਗਾ ਰਾਵਣ ਦਾ ਪੁਤਲਾ। MLA ਬਟਾਲਾ ਨੇ ਦੁਸ਼ਹਿਰੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕੋਨ ਵੀ ਦਬਾ ਲਓ। ਬਟਾਲਾ ITI ਗਰਾਊਂਡ ਦੇ ਵਿੱਚ 100 ਫੁੱਟੇ ਰਾਵਣ ਦੇ ਪੁਤਲੇ ਨੂੰ ਰਿਮੋਟ ਨਾਲ ਅਗਨ ਪੇਂਟ ਕਰਨਗੇ MLA ਬਟਾਲਾ। ਇਸ ਮੌਕੇ MLA ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਬਟਾਲਾ ਵਿੱਚ ਇਸ ਵਾਰ ਰਾਵਣ ਦਾ ਪੁਤਲਾ 100 ਫੁੱਟ ਦਾ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਾਡੀ ਟੀਮ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀ ਸੀ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਮੌਕੇ ਪਹੁੰਚਣ ਵਾਲੇ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਉਹਨਾਂ ਦੱਸਿਆ ਕਿ 20,000 ਤੋਂ ਵੱਧ ਲੋਕ ਇਸ ਮੌਕੇ ਹਾਜ਼ਰ ਰਹਿਣਗੇ। ਉੱਥੇ ਹੀ ਮਹਾਂਵੀਰ ਦੁਸ਼ਹਿਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਵਾਰ ਪੁਤਲੇ ਉੱਤੇ 8,00,000 ਰੁਪਏ ਦੇ ਕਰੀਬ ਖਰਚ ਆਇਆ ਹੈ ਅਤੇ ਰਿਮੋਟ ਦੇ ਨਾਲ MLA ਬਟਾਲਾ ਵੱਲੋਂ ਰਾਵਣ ਦੇ ਪੁਤਲੇ ਨੂੰ ਅਗਨ ਪੇਂਟ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ALTO ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ। ਬਿਲਕੁਲ ਠੀਕ ਗੱਲ ਹੈ ਜੀ, ਇਹੀ ਇੱਕ ਮੈਸੇਜ ਹੈ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਦਿਨ ਤਿਉਹਾਰ, ਲੋਕਾਂ ਨੂੰ ਦਿਨ ਤਿਉਹਾਰ ਭੁੱਲ ਗਏ ਨੇ। ਨੌਜਵਾਨਾਂ ਨੂੰ ਇਹ ਤਿਉਹਾਰ ਪਤਾ ਲੱਗਣਾ ਚਾਹੀਦਾ ਕਿਹੜੇ ਕਿਹੜੇ ਤਿਉਹਾਰ ਨੇ, ਇਹ ਤਿਉਹਾਰ ਇਸ ਕਰਕੇ ਮਨਾਏ ਜਾਂਦੇ ਨੇ। ਅਸੀਂ ਇਸ ਵਾਰ 100 ਫੁੱਟ ਦਾ ਰਾਵਣ ਤਿਆਰ ਕੀਤਾ ਹੈ, ਇਹਦੇ 'ਚ ਅਸੀਂ ਪੂਰਾ ਪ੍ਰਬੰਧ ਕੀਤਾ ਹੈ। ਦੇਖੋ ਸਾਡੇ ਕੈਮਰਾ ਘੁੰਮਾ ਕੇ ਦੇਖੋ ਜੀ, ਸਾਡੇ MLA ਸਾਹਿਬ ਖੁਦ ਇੱਥੇ ਆਏ ਨੇ, ਖੁਦ ਜਜ਼ਬਾ ਲੈ ਰਹੇ ਨੇ ਕਿ ਕਿਸੇ ਚੀਜ਼ ਦੀ ਕਮੀ ਨਾ ਹੋ ਜਾਏ। ਉਹਨਾਂ ਨੇ ਸਪੈਸ਼ਲ ਪ੍ਰਸ਼ਾਸਨ ਨੂੰ ਕਿਹਾ ਗਿਆ ਕਿਸੇ ਚੀਜ਼ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਅਸੀਂ ਜਿੰਨਾ ਵੀ ਇਹਦੇ 'ਚ ਬੰਬ ਪਾਇਆ ਵਾ, ਬੜਾ ਸੋਚ ਸਮਝ ਕੇ ਪਾਇਆ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਆਏ। ਨਾਲ ਸਭ ਤੋਂ ਵੱਡੀ ਗੱਲ, ਇਹ ਰਾਵਣ ਕੁੰਭ ਕਰਨ ਅਤੇ ਮੇਘਨਾਥ, ਇਹ ਸਾਡੇ MLA ਸਾਹਿਬ ਰਿਮੋਟ ਨਾਲ ਦਹਿਨ ਕਰਨਗੇ। ਕਿ ਜੇ ਅਸੀਂ ਆਪਣਾ ਅਗਨੀ ਨਾਲ ਦਹਿਨ ਕਰਦੇ ਹਾਂ, ਕਿਸੇ ਨਾਲ ਲੋਕ ਚੱਲਦੇ ਨੇ, ਜਦੋਂ ਪਰਾਲੀ ਨੂੰ ਅੱਗ ਲੱਗਦੀ ਕਿਸੇ ਦਾ ਵੀ ਨੁਕਸਾਨ ਨਾ ਹੋ ਜਾਏ। ਇਸ ਕਰਕੇ ਆਪਾਂ ਇਹਨੂੰ 200 ਫੁੱਟ ਦੇ ਦਾਇਰੇ ਤੋਂ ਰਿਮੋਟ ਨਾਲ ਦਹਿਨ ਕਰਾਂਗੇ। ਇਸ ਵਾਰ ਤਕਰੀਬਨ ਜੀ 8 ਤੋਂ 9 ਲੱਖ ਦਾ ਖਰਚਾ ਜੀ, ਔਰ ਜੋ ਕਿ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਔਰ ਮੇਰੇ ਸਾਰੇ ਸ਼ਹਿਰ ਅੱਗੇ ਅਪੀਲ ਹੈ ਕਿ ਆਪ ਤੇ ਆਉਣ ਨਾਲ ਬੱਚਿਆਂ ਨੂੰ ਵੀ ਲੈ ਕੇ ਆਉਣ, ਤਾਂ ਕਿ ਉਹਨਾਂ ਨੂੰ ਆਪਣੇ ਵਿਰਾਸਤ ਦਾ ਪਤਾ ਲੱਗ ਸਕੇ। MLA ਸਾਹਿਬ ਨੇ ਸਾਡੀ ਸਰ ਸੱਜੀ ਬਾਂਹ ਬਣ ਕੇ ਸਾਡਾ ਸਾਥ ਦਿੱਤਾ, ਕਿਉਂਕਿ ਉਹਨਾਂ ਦੇ ਸਹਿਯੋਗ ਬਿਨਾਂ ਕੰਮ ਹੀ ਨਹੀਂ ਸੀ ਹੋ ਸਕਦਾ। ਕਿਉਂਕਿ ਕੀ ਹੈ ਕਿ ਜਦੋਂ ਤੁਹਾਨੂੰ ਵੀ ਪਤਾ ਅੰਮ੍ਰਿਤਸਰ ਜਿਹੜਾ ਕਾਂਡ ਹੋਇਆ ਸੀ, ਉਸ ਤੋਂ ਬਾਅਦ ਇਹਦੀ ਸਖਤਾਈ ਬਹੁਤ ਹੋ ਗਈ ਹੈ ਔਰ 7 ਡਿਪਾਰਟਮੈਂਟ ਹੈ ਜੋ ਦੀ ਪਰਮਿਸ਼ਨ ਲੈਣੀ ਪੈਂਦੀ ਹੈ, ਜੋ ਕਿ ਕਈ ਰਾਮਲੀਲਾ ਕਮੇਟੀ ਵਾਲਿਆਂ ਨੂੰ ਮਿਲ ਹੀ ਨਹੀਂ ਪਾਈ, ਦੁਸ਼ਹਿਰਾ ਕਮੇਟੀ ਵਾਲਿਆਂ ਨੂੰ, ਔਰ ਸਾਨੂੰ ਘਰ ਬੈਠੇ ਹੀ ਸਾਰੀ ਪਰਮਿਸ਼ਨਾਂ ਪਹੁੰਚ ਗਈਆਂ ਨੇ। ਬੜੀ ਖੁਸ਼ੀ ਦੀ ਗੱਲ ਹੈ ਜੀ, ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ, ਜਿਸ ਤਰ੍ਹਾਂ ਪਹਿਲੀ ਵਾਰੀ ਦੁਸ਼ਹਿਰਾ ਮਨਾਇਆ ਸੀ ਉਦੋਂ ਉਹਦੀ ਰੌਣਕ, ਉਹਦੀ ਬਣਤਰ ਹੋਰ ਸੀ। ਉਸ ਤੋਂ ਬਾਅਦ ਅਗਲੀ ਵਾਰੀ ਦੁਸ਼ਹਿਰਾ ਮਨਾਇਆ ਗਿਆ, ਉਹਦੀਆਂ ਰੌਣਕਾਂ ਹੋਰ ਵਧੀਆਂ। ਉਸ ਤੋਂ ਬਾਅਦ ਤੀਸਰੀ ਵਾਰੀ ਮਨਾਇਆ ਗਿਆ, ਉਹਦੀਆਂ ਰੌਣਕਾਂ ਹੋਰ ਵਧੀਆਂ। ਐਰਕੀ ਮੈਂ ਕਹਿ ਸਕਦਾ, ਅੱਗੇ 60 ਫੁੱਟ ਦਾ ਤਿਆਰ ਕੀਤਾ ਜਾਂਦਾ ਸੀ, ਰਾਵਾਂ ਨੇ ਐਰਕੀ 100 ਫੁੱਟ ਦਾ ਕੀਤਾ। ਮੈਂ ਸਮੂਹ ਆਪਣੀ ਸੁਸਾਇਟੀ ਜਿਹੜੀ ਸਾਡੀ ਸੰਸਥਾ ਬਣੀ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ, ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ, ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ, ਜੋ ਮੈਂ ਕਹਿ ਸਕਦਾ ਕਿ ਰਾਤ ਦਿਨ ਦੀ ਉਹ ਵੀ ਡਿਊਟੀ ਕਰਨੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸਮੁੱਚੀ ਸਾਡੀ ਲੀਡਰ ਸਾਹਿਬਾਨ, ਲੀਡਰਸ਼ਿਪ ਜਿੰਨੀ ਵੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤਾਂ ਜੋ ਕਿ ਖੁਸ਼ੀ ਇਸ ਗੱਲ ਦੀ ਹੈ ਵੀ ਕਈ ਵਾਰੀ ਨਾ ਪਰਮਾਤਮਾ ਕਹਿੰਦਾ ਵੀ ਤਗੜੇ ਹੋ ਕੇ ਸੇਵਾ ਕਰਨ ਦਾ ਉਪਰਾਲਾ ਰੱਖੋ। ਇਹ 25 ਬੰਦਿਆਂ ਤੋਂ ਸ਼ੁਰੂ ਕੀਤਾ ਸੀ ਕੰਮ, ਅੱਜ ਕਰੀਬ 200 ਦੀ ਕਮੇਟੀ ਦੇ ਮੈਂਬਰ ਹੀ ਬਣ ਚੁੱਕੇ ਨੇ ਸਾਡੇ। ਸੋ ਮੈਨੂੰ ਮਾਣ ਹੈ ਇਸ ਗੱਲ ਦਾ, ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਪਰਮਾਤਮਾ ਆਪ ਹਾਜ਼ਰ ਨਾਜ਼ਰ ਹੋ ਕੇ ਹੱਥ ਰੱਖਦਾ ਹੈ। ਔਰ ਨੇਕੀ ਅਤੇ ਬੁਰਾਈ ਇਹਦਾ ਪ੍ਰਤੀਕ, ਇਹ ਜਿਹੜਾ ਸੰਦੇਸ਼ ਜਿਹੜਾ ਸਾਰੀ ਦੁਨੀਆ ਦੇ ਵਿੱਚ, ਜਿਹੜਾ ਇੱਕ ਦੁਸ਼ਹਿਰੇ ਦੇ ਰੂਪ ਦੇ ਵਿੱਚ, ਰਾਵਣ ਦੇ ਰੂਪ ਦੇ ਵਿੱਚ ਜਦੋਂ ਅਗਨ ਪੇਂਟ ਕੀਤਾ ਜਾਂਦਾ, ਜਿਹੜਾ ਇੱਕ ਮੈਸੇਜ ਆਉਂਦਾ, ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਅਸੀਂ ਬਹੁਤ ਵਧੀਆ ਢੰਗ ਨਾਲ ਨਿਪਰੇ ਚੜ੍ਹ। ਪਬਲਿਕ ਵਾਸਤੇ ਸਹੂਲਤਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪਿਛਲੀ ਵਾਰੀ ਜੋ ਜੋ ਸਮਾਂ ਬੀਤਦਾ ਜਾਂਦਾ ਅਸੀਂ ਐਫਰਟ ਕਰਦੇ ਜਾਂਦੇ, ਆ ਹੁਣ ਬੈਰੀਗੇਟ ਕਰ ਦਿੱਤੇ ਸਾਰੇ, ਜਿੰਨਾ ਵੀ ਹੋ ਸਕਦਾ ਹੈ ਵੀ ਸਾਨੂੰ ਕੋਸ਼ਿਸ਼ ਹੁੰਦੀ ਹੈ ਵੀ ਪਬਲਿਕ ਨੂੰ ਜਿੰਨੀ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ, ਦੇਈਏ। ਔਰ ਕਿਉਂਕਿ ਇਹ ਜਿਹੜਾ ਤਿਉਹਾਰ ਆ, ਹੁਣ ਮੈਂ ਇੱਥੇ ਘੱਟੋ ਘੱਟ ਦੀ ਮੈਨੂੰ 1.5 ਘੰਟਾ ਹੋ ਗਿਆ ਆਇਆਂ ਨੂੰ, ਇਹ ਪ੍ਰਬੰਧਾਂ ਦਾ ਜਾਇਜ਼ਾ ਲੈ ਰਿਹਾ ਮੈਂ ਆਪ। ਕਾਰਨ ਕੀ ਹੈ, ਸਾਡੇ ਅੱਜ ਜਿਹੜੇ ਚੀਫ ਗੈਸਟ ਨੇ ਉਹ ਸਾਡੇ ਲੋਕ ਨੇ, ਸ਼ਹਿਰ ਦੇ ਬਟਾਲੇ ਦੇ ਲੋਕ ਨੇ ਜਿਨ੍ਹਾਂ ਨੇ ਪਹੁੰਚਣਾ ਇੱਥੇ। ਬਸ ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਦੀ ਤਿਆਰੀ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ, ਉਹਨਾਂ ਦੇ ਵੇਖਣ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ, ਜਿਹੜਾ ਵੀ ਆਵੇ ਉਹ ਵਧੀਆ ਇੱਥੇ ਆਪਣਾ ਹਾਜ਼ਰੀ ਲਵਾ ਕੇ ਜਿਹੜਾ ਜਾਵੇ।